ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਪਾਤੜਾ ਦੇ ਵੱਲੋਂ ਮਹਾਵੀਰ ਧਰਮਸ਼ਾਲਾ ਦੇ ਵਿੱਚ ਅੰਕੁਰ ਦਾ ਲੰਗਰ ਲਗਾਇਆ ਗਿਆ। ਪਿਛਲੇ 25 ਸਾਲਾਂ ਤੋਂ ਅੰਕੁਰ ਦਾ ਲੰਗਰ ਲਗਾਉਂਦੀ ਆ ਰਹੀ ਧਾਰਮਿਕ ਸੰਸਥਾ ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਪਾਤੜਾ ਦੇ ਵੱਲੋਂ ਇਸ ਵਾਰ ਵੀ ਮਹਾਵੀਰ ਧਰਮਸ਼ਾਲਾ ਦੇ ਵਿੱਚ ਅੰਕੁਰ ਦੇ ਲਾਏ ਲੰਗਰ ਵਿੱਚ ਕੜੀ ਚਾਵਲ, ਖੀਰ ਅਤੇ ਮਿਕਸ ਸਬਜ਼ੀ ਤਿਆਰ ਕਰਕੇ ਸੰਗਤਾਂ ਨੂੰ ਵਰਤਾਇਆ ਗਿਆ। ਇਸ ਲੰਗਰ ਦੀ ਸੇਵਾ ਦੇ ਵਿੱਚ ਵਾਇਸ ਪ੍ਰਧਾਨ ਹੰਸ ਰਾਜ ਗਰਗ, ਜਨਰਲ ਸੈਕਟਰੀ ਸੰਦੀਪ ਗਰਗ, ਕੈਸ਼ੀਅਰ ਰਾਜ ਕੁਮਾਰ ਸਾਦੀਹਰੀ, ਲਲਿਤ ਕਰ ਮਦਨ ਲਾਲ, ਵਿਨੋਦ ਗੋਇਲ, ਅਸ਼ੋਕਾ ਸਿੰਗਲਾ, ਸਰਬਜੀਤ ਅਤੇ ਅਸ਼ੋਕ ਭਾਟੀਆ ਆਦਿ ਮੌਜੂਦ ਸਨ। ਜੈ ਸ਼੍ਰੀ ਰਾਮ। ਸ਼੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਪਾਤੜਾ ਦੇ ਵੱਲੋਂ ਇਹ ਅੰਨਕੂਟ ਦਾ ਲੰਗਰ ਲਗਾਇਆ ਜਾਂਦਾ ਹੈ। ਅੰਨਕੂਟ ਦਾ ਲੰਗਰ ਜੋ ਕਿ ਜਦੋਂ ਕਿ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੇ ਗੋਵਰਧਨ ਪਰਬਤ ਦੇ ਉੱਤੇ ਝੱਖੜ ਆਇਆ ਸੀਗਾ, ਝੱਖੜ ਦੇ ਸਮੇਂ ਜਿੰਨੇ ਵੀ ਲੋਕ ਸੀ ਉਹ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗੋਵਰਧਨ ਪਰਬਤ ਦੇ ਥੱਲੇ ਉਹਨਾਂ ਨੂੰ ਕੀਤਾ ਸੀ, ਉੱਥੇ ਜੋ ਲੰਗਰ ਬਣਾਇਆ ਗਿਆ ਸੀਗਾ ਉਸਨੂੰ ਅੰਨਕੂਟ ਦਾ ਨਾਮ ਦਿੱਤਾ ਗਿਆ ਸੀ। ਉਹ ਲੰਗਰ ਅਸੀਂ ਪੂਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਘੱਟੋ ਘੱਟ 20-25 ਸਾਲ ਤੋਂ ਇਹ ਲੰਗਰ ਲਗਾ ਰਹੇ ਹਾਂ। ਸਾਡੇ 27 ਮੈਂਬਰ ਹੈ ਜੀ ਪੰਜਾਬ ਮਹਾਵੀਰ ਦਲ ਦੇ, ਪੰਜਾਬ ਮਹਾਵੀਰ ਦਲ ਦੇ 27 ਮੈਂਬਰ ਹੈ, ਸਹਿਯੋਗ ਔਰ ਸ਼ਹਿਰ ਦਾ ਸਹਿਯੋਗ ਜੀ। ਇਹ ਸਹਿਯੋਗ ਦੀ ਸਦਕਾ ਅਸੀਂ ਆਏ ਸਾਲ, ਮਤਲਬ ਅੰਨਕੁਟ ਦਾ ਲੰਗਰ ਜਿਹੜਾ ਹੈ 20-25 ਸਾਲ ਤੋਂ ਲੱਗਦਾ ਆ ਰਿਹਾ ਜੀ। ਹਾਂ, ਖੀਰ ਦਾ ਜੀ, ਕੜੀ ਚੌਲ ਅਤੇ ਮਿਕਸ ਸਬਜ਼ੀ ਜੀ। ਪਾਤੜਾ ਤੋਂ ਸਤਪਾਲ ਗਰਗ ਦੀ ਰਿਪੋਰਟ।